ਸ਼ਹਿਰਾਂ ਪਹਿਲਾ ਵਿਰਸਾ ਦੋਸਤਾਂ ਅਗਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਔਰ ਸਾਡਾ ਚੈਨਲ ਜ਼ਹਿਰਾਂ ਪਹਿਲਾ ਵਿਰਸਾ ਨੂੰ ਫੋਲੋ ਔਰ ਲਾਈਕ ਜ਼ਰੂਰ ਕਰ ਦੇਣਾ ਯੂਟਿਊਬ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਦੋਸਤੋ ਧੰਨਵਾਦ। मास्टर दे नाम नाल मशहूर है स्टूडियो। चलो आखते देईदा कदे जे कोई पुछदा असि भी कदे वीर होंदे सी। ਇਵੇਂ ਅੰਕਲ ਜੀ ਨੂੰ ਤਾਂ ਕਿਹਾ ਸੀ ਅਸੀਂ ਵੀ ਕਦੇ ਵੀਰ ਹੁੰਦਾ ਸੀ ਕਿਉਂਕਿ ਅੰਕਲ ਜੀ ਨੇ ਸਾਨੂੰ ਕਹਿਣ ਲੱਗੇ ਹੋਏ ਸੀ ਅਸੀਂ ਅੰਕਲ ਜੀ ਨੂੰ ਬਾਪੂ ਕਹਿੰਦੇ ਹਾਂ ਨੱਬੇ ਅੰਕਲ ਨੂੰ ਉਹ ਕਹਿੰਦਾ ਅਸੀਂ ਵੀ ਕਦੇ ਜਵਾਨ ਹੁੰਦੇ ਸੀ ਹੁਣ ਵੀ ਅਸੀਂ ਵੀ ਸਾਨੂੰ ਵੀ ਕਦੇ ਕੋਈ ਵੀਰ ਕਹਿੰਦਾ ਹੁੰਦਾ ਸੀ। ਜਿੱਦਾਂ ਮਾਰ ਕੇ ਕੀਤਾ ਤੇ ਬੇਟੀ ਹੋਕਣ ਵਾਲੀ ਹੋਈ ਹੈ ਵੀਡੀਓ ਡਾਇਰੈਕਟਰ ਵੀ ਪੂਰੀ ਘਵਾਇਆ ਹੋਇਆ ਫੋਨ ਥੋੜ੍ਹੀ ਜਿਹਾ ਅੰਕਲ ਨੂੰ ਬਾਈ ਸੰਗੀਤਕਾਰ ਬੰਦੇ ਨੂੰ ਸੰਗੀਤਕਾਰਾਂ ਦੀ ਸੰਗਤ ਵਧੀਆ ਲੱਗਦੀ ਹੈ ਕਿੰਨੀ ਘੈਂਟ ਬਣੀ ਹੈ। ਦੇਖੋ ਬਾਈ ਅੱਜ ਲੱਗੀ ਹੋਈ ਆ ਮਹਿਫਲ। ਹਾਂਜੀ ਵੀਰੇ ਪੂਰੀ ਮਹਿਫਲ ਲੱਗੀ ਹੋਈ ਆ ਬਾਬਾ ਜੀ ਦੇ ਦਰਬਾਰ 'ਚ ਆਏ ਹੋਏ ਅੱਜ ਪਾਪਾ ਜੀ ਉਹਨਾਂ ਦੇ ਦੋਸਤ ਨੈਬਾ ਬਾਪੂ ਜਸਵੀਰ ਅੰਕਲ ਅਤੇ ਉਹ ਬਾਪੂ ਜੀ ਦਾ ਕਿਆ ਨਾਮ ਆ ਜੀ ਉੱਧਰ ਉਹਨਾਂ ਅੰਕਲ ਜੀ ਦਾ ਕਿਆ ਨਾਮ ਆ ਉਹਨਾਂ ਦਾ ਜੀ ਉਹਨਾਂ ਦਾ ਓਮ ਪ੍ਰਕਾਸ਼ ਬਾਪੂ ਓਮ ਪ੍ਰਕਾਸ਼ ਜੀ। ਭਾਅ ਜੀ ਤੁਹਾਡਾ ਕਿਆ ਨਾਮ ਆ? ਭਾਅ ਜੀ ਰੋਹਿਤ। ਅਤੇ ਉੱਧਰ ਆਪਣਾ ਫਤਿਹ ਖਹਿਰਾ ਵੀਰ ਪਹਿਲਾਂ ਤੁਸੀਂ ਦੇਖ ਲਿਆ ਸੀ ਉਹ ਸਾਹਮਣੇ ਫਤਿਹ ਖਹਿਰਾ ਵੀਰ ਹੈ ਜੀ। ਹਾਂਜੀ ਹਾਂਜੀ ਹੋਰ ਫਿਰ ਬਾਪੂ ਜੀ ਅੱਜ ਆਇਆ ਪੂਰਾ ਨਜ਼ਾਰਾ ਨਾ ਨਾ ਅੱਜ ਆਇਆ ਪੂਰਾ ਨਜ਼ਾਰਾ ਤੁਸੀਂ ਵੀ ਅੰਕਲ ਜੀ ਅੱਜ ਕਈ ਦਿਨਾਂ ਬਾਅਦ ਆਏ ਆ ਠੀਕ ਆ ਹੁਣ ਫਿਰ ਤਾਂ ਠੀਕ ਆ ਦੀਵਾਲੀ ਨੂੰ ਤਾਂ ਤੁਸੀਂ ਹੋਏ ਪਏ ਤੇ ਤੁਹਾਡੇ ਪਟਾਕੇ ਫੁੱਕ ਹੋਏ ਪਏ ਤੇ ਫਿਊਜ ਉੱਧਰ ਪਟਾਕੇ ਸਲਾਬੇ ਹੋਏ ਤੇ ਉੱਧਰ ਅੰਕਲ ਢਿੱਲੇ ਸੀ ਬਿਮਾਰ ਜੇ ਹੋਏ ਪਏ। ਉਹ ਭਾਈ ਸਿਆਣੇ ਕਹਿੰਦੇ ਹੁੰਦੇ ਆ ਨਾ ਕਹਿੰਦੇ ਵੀ ਬੰਦੇ ਨੂੰ ਨਾ 24 ਘੰਟੇ ਹੁੰਦੇ 24 ਘੰਟਿਆਂ 'ਚ ਬੰਦਾ 8-9 ਘੰਟੇ 10-12 ਘੰਟੇ ਚਲੋ 12 ਲਾ ਲਓ ਕੰਮ ਕਰਦਾ ਏ ਉਹਦੇ ਵਿੱਚ ਤੇ ਬਾਕੀ ਜਿਹੜਾ ਟਾਈਮ ਹੁੰਦਾ ਨਾ ਥੋੜ੍ਹਾ ਥੋੜ੍ਹਾ ਟਾਈਮ ਇੱਕ ਆਪਣੇ ਬਜ਼ੁਰਗਾਂ ਨਾਲ ਇੱਕ ਬੱਚਿਆਂ ਨਾਲ ਜ਼ਰੂਰ ਗੁਜ਼ਾਰਨਾ ਚਾਹੀਦਾ ਉਹਦੇ ਨਾਲ ਸਾਨੂੰ ਸਾਡੇ ਵਿਰਸੇ ਦਾ ਵੀ ਪਤਾ ਲੱਗਦਾ ਰਹਿੰਦਾ ਅਤੇ ਸਾਨੂੰ ਸਾਡੇ ਆਉਣੇ ਵਾਲੇ ਕੱਲ੍ਹ ਦਾ ਵੀ ਪਤਾ ਲੱਗਦਾ ਰਹਿੰਦਾ। ਦੋਸਤੋ ਸਾਡਾ ਚੈਨਲ ਜ਼ਹਿਰਾਂ ਪਹਿਲਾ ਵਿਰਸਾ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜ਼ਹਿਰਾਂ ਪਹਿਲਾ ਵਿਰਸਾ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਲਾਈਕ ਔਰ ਕਮੈਂਟ ਜ਼ਰੂਰ ਕਰਨਾ ਤੁਹਾਡੇ ਕਮੈਂਟਾਂ ਨਾਲ ਸਾਡਾ ਹੌਸਲਾ ਵੱਧਦਾ ਹੈ। ਸਤਿ ਸ਼੍ਰੀ ਅਕਾਲ।